हाँ जी, सत श्री अकाल जी सारे दोस्तों, मैं थोड़ा अपना सुखबीर राम भरा, अज नाल मेरे नाल छोटे भरा मेरे खड़े ने सारे, तुसीं इन्हां दे शरीर भी देखदे होंगे है ना, ते एक समाज नूं सेध देण वाले नौजवान ने, हर एक नूं समझाउंदे ने, ठीक है ना। आप भी कोई टीचर लगे है, कोई किसी गेम दे विच अगे है, कोई किसी च शाम नूं टाइम कढ के अपने कोल जिम दे विच आउंदे है, ते अज मेरे भरा मेरे नाल मोढा ला के खड़े, एडा कि ज्यादा हौसला हुंदा जदों इहो जिहे नौजवान ਕਹਿੰਦੇ ਹੁਣ ਬਾਈ ਚੱਲ ਤੇਰੇ ਨਾਲ ਮਿਹਨਤ ਕਰ ਅਸੀਂ ਤੇਰੇ ਨਾਲ ਆ। ਤੇ ਅੱਜ ਆਪਾਂ ਅੱਜ ਦਾ ਜਿਹੜਾ ਵੀਡੀਓ ਹੈ, ਅੱਜ ਦਾ ਵੀਡੀਓ ਖਾਸ ਕਰਕੇ ਅਸੀਂ ਟੂਰਨਾਮੈਂਟਾਂ ਤੇ ਜਾ ਰਹੇ ਹਾਂ ਜੀ। ਢੱਡੇ ਢੱਡੇ ਪਿੰਡ ਦੇ ਵਿੱਚ ਟੂਰਨਾਮੈਂਟ ਆ, ਜ਼ਿਲ੍ਹਾ ਬਠਿੰਡਾ ਹੈਗਾ, ਉੱਥੇ ਆਪਣਾ ਸਨਮਾਨ ਕਰ ਰਹੇ ਆ ਪਿੰਡ ਵਾਲੇ, ਤੇ ਬਹੁਤ ਨੌਜਵਾਨ ਆ। ਚਲੋ ਪਰਮਾਤਮਾ ਦੀ ਕਿਰਪਾ ਨਾਲ ਇੱਕ ਜ਼ਰੀਆ ਬਣੇ, ਆਪਾਂ ਉਹਨਾਂ ਨੌਜਵਾਨਾਂ ਦਾ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਿਆ, ਤੇ ਉਹਨਾਂ ਉਹ ਪਿੰਡ ਵਾਸੀਆਂ ਨੇ ਆਪਣਾ ਮਾਣ ਸਨਮਾਨ ਰੱਖਿਆ ਪਿੰਡ ਦੇ ਵਿੱਚ ਟੂਰਨਾਮੈਂਟ ਤੇ। ਤੇ ਆਪਾਂ ਚੱਲਦੇ ਹਾਂ ਜੀ, ਕਰਦੇ ਹਾਂ ਗੱਲਾਂ ਬਾਤਾਂ ਗਰਾਊਂਡ ਦੇ ਵਿੱਚ ਚੱਲ ਕੇ, ਤੇ ਤੁਹਾਨੂੰ ਬੁਲਾਉਂਦੇ ਹਾਂ ਚੰਗੇ ਚੰਗੇ ਖਿਡਾਰੀਆਂ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ। ਤੇ ਸਾਰੇ ਪਹਿਲਾਂ ਮੈਂ ਨੌਜਵਾਨ ਨਾਲ ਆਪਾਂ ਨਾਂ ਪੁੱਛਾਂਗੇ ਆਪਣੇ ਛੋਟੇ ਬੱਚਿਆਂ ਦਾ ਹੈ ਨਾ, ਮੇਰੇ ਤਾਂ ਪਤਾ ਹੀ ਆ, ਤੁਹਾਡੇ ਨਾਲ ਵੀ ਰੂਬਰੂ ਕਰਾਵਾਂਗੇ। ਪਹਿਲਾਂ ਤਾਂ ਆਪਣਾ ਜੀ, ਹਾਂਜੀ ਆਪ ਬੀਬੀ ਕੀ ਨਾਮ ਆਪਣਾ? ਮੇਰਾ ਨਾਮ ਜੀ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਕੀ ਕੰਮ ਧੰਦਾ ਕਰਦੇ ਹੋ ਤੁਸੀਂ? ਮੈਂ ਜੀ ਐਲਸ ਟ੍ਰੇਨਰ ਆ ਰਾਮਪੁਰਾ ਫੂਲ ਦੇ ਵਿੱਚ। ਠੀਕ ਹੈ ਜੀ, ਠੀਕ ਹੈ। ਪਿੰਡ ਮੇਰਾ ਪਿੱਥੋ ਆ। ਪਿੰਡ ਪਿੱਥੋ ਆ, ਠੀਕ ਹੈ ਜੀ, ਠੀਕ ਹੈ। ਤੇ ਤੁਹਾਡਾ ਪੁੱਤਰ ਜੀ? ਆਕਾਸ਼ ਜੀ। ਆਕਾਸ਼ ਕੀ ਕੰਮ ਧੰਦਾ ਤੁਹਾਡਾ? ਮੈਂ ਲੈਬ ਟੈਕਨੀਸ਼ੀਅਨ ਆ ਜੀ। ਲੈਬ ਟੈਕਨੀਸ਼ੀਅਨ ਆ, ਠੀਕ ਹੈ। ਤੁਹਾਡਾ ਪੁੱਤਰ ਜੀ? ਮੇਰਾ ਬਾਈ ਜੀ ਸਿਮਰਜੀਤ ਸਿੰਘ ਹੈ ਜੀ। ਸਿਮਰਜੀਤ ਕੰਮ ਧੰਦਾ ਪਿੰਡ ਪਿੱਥੋ ਹੀ, ਖੇਤੀਬਾੜੀ ਕਰਦਾ। ਖੇਤੀਬਾੜੀ, ਬਾਕੀ ਮੁੰਡੇ ਨੇ ਭਾਈ ਬਾਹਰ ਵੀ ਜਾਣਾ, ਉਹ ਥੋੜਾ ਜਿਹਾ ਲੁਕੋ ਜਾਂਦੇ ਖੇਤੀ ਜਹਾਜ਼ ਚੜ ਰਿਹਾ। ਤੇ ਆਪਣਾ ਪੁੱਤਰ ਜੀ ਕੀ ਨਾਮ ਹੈ? ਰਾਜੂ ਜੀ। ਰਾਜੂ ਜੀ ਕੀ ਕੰਮ ਧੰਦਾ ਆਪਣਾ? ਬੌਂਸਰ ਜੀ। ਬੌਂਸਰ ਨੇ, ਠੀਕ ਹੈ ਜੀ। ਆਪਣਾ ਪੁੱਤਰ ਜੀ? ਮੇਰਾ ਅਰਸ਼ਦੀਪ। ਅਰਸ਼ਦੀਪ ਕੀ ਕੰਮ ਧੰਦਾ ਆਪਣਾ? ਲੈਬ ਟੈਕਨੀਸ਼ੀਅਨ। ਲੈਬ ਟੈਕਨੀਸ਼ੀਅਨ। ਆਪਣਾ ਮਾ ਵੀਰ ਜੀ ਪੁੱਤਰ ਜੀ? ਪ੍ਰਤਪਾਲ ਸਿੰਘ। ਪ੍ਰਤਪਾਲ ਸਿੰਘ ਕੰਮ ਧੰਦਾ ਆਪਣਾ? ਗੈਸ ਏਜੰਸੀ ਜੋ। ਗੈਸ ਏਜੰਸੀ ਦੇ ਵਿੱਚ ਬਾਈ ਜੀ ਮੁਲਾਜ਼ਮ ਨੇਗੇ। ਤੇ ਦੇਖੋ ਸਾਰੇ ਆਪਣਾ ਟਾਈਮ ਤੋਂ ਟਾਈਮ ਕੱਢ ਕੇ ਆਪਣੇ ਹੋਰ ਨੌਜਵਾਨ ਆਏ ਨੇ ਭਰਾ। ਹਾਂਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ। ਕੀ ਨਾਮ ਹੈ ਜੀ ਆਪਣਾ? ਮਨਿੰਦਰ ਸਿੰਘ। ਮਨਿੰਦਰ ਸਿੰਘ ਕੀ ਕੰਮ ਧੰਦਾ ਬਾਈ ਜੀ? ਖੇਤੀਬਾੜੀ ਜੀ। ਖੇਤੀਬਾੜੀ। ਤੇ ਆਪਣਾ ਬਾਈ ਜੀ? ਨਵਪ੍ਰੀਤ ਸਿੰਘ ਨਾਂ ਜੀ, ਖੇਤੀਬਾੜੀ ਕਰ। ਖੇਤੀਬਾੜੀ ਕਰਦੇ। ਦੇਖੋ ਸਾਰੇ ਨੌਜਵਾਨ, ਕੋਈ ਖੇਤੀਬਾੜੀ ਕਰਨ ਵਾਲਾ, ਕੋਈ ਮੁਲਾਜ਼ਮ ਲੱਗਿਆ ਹੋਇਆ ਹਨਾ, ਕੋਈ ਆਈਲੈਟਸ ਟੀਚਰ ਹੈਗਾ। ਇਹ ਤਾਂ ਮੈਂ ਤੁਹਾਨੂੰ ਸਾਰਿਆਂ ਦਾ ਦੱਸਿਆ ਕਾਰੋਬਾਰ ਕੀ ਹੈ, ਵੀ ਇਹ ਆਪਣਾ ਕੀਮਤੀ ਸਮਾਂ ਕੱਢ ਕੇ ਆਪਣਾ ਸਰੀਰ ਨੂੰ ਵੀ ਸਾਂਭ ਰਹੇ ਨੇ ਤੇ ਇੱਕ ਸਮਾਜ ਨੂੰ ਸੇਧ ਵੀ ਦੇ ਰਹੇ ਆ। ਹੁਣ ਕਈ ਕਹਿੰਦੇ ਸਾਡੇ ਕੋਲ ਤਾਂ ਬਾਈ ਕੰਮ ਹੀ ਨਹੀਂ, ਟਾਈਮ ਹੀ ਨਹੀਂ ਸਾਡੇ ਕੋਲ, ਅਸੀਂ ਪ੍ਰੈਕਟਿਸ ਕਿਵੇਂ ਲਾ ਲਾਂਗੇ, ਅਸੀਂ ਬਹੁਤ ਜ਼ਿਆਦਾ ਆਪਣਾ ਬਿਜ਼ੀ ਰਹਿੰਦੇ ਹਾਂ, ਸਾਡੇ ਕੋਲ ਉਹ ਕਬੀਲਦਾਰੀ ਆ। ਪਰ ਮੈਂ ਇਹ ਕਹੂੰਗਾ, 24 ਘੰਟਿਆਂ ਦੇ ਵਿੱਚ ਤੁਸੀਂ ਸਿਰਫ ਆਪਣੇ ਵਾਸਤੇ 45 ਮਿੰਟ ਤਾਂ ਕੱਢ ਸਕਦੇ ਹੋ। ਜ਼ਰੂਰੀ ਨਹੀਂ ਮੈਂ ਕਹਿੰਦਾ ਵੀ ਤੁਸੀਂ ਜਿਮ ਦੇ ਵਿੱਚ ਹੀ ਆਉਣਾ, ਜਿਮ ਦੇ ਨਾਲ ਤੁਹਾਡੇ ਕੋਲ ਗਰਾਊਂਡ ਵੀ ਹੈਗੇ ਨੇ, ਠੀਕ ਹੈ ਨਾ, ਕੋਈ ਕਿਸੇ ਵੀ ਪ੍ਰਕਾਰ ਦੇ ਗਰਾਊਂਡ ਆ। ਤੁਹਾਨੂੰ ਦੇਖ ਕੇ ਕੋਈ ਨਾ ਕੋਈ ਬੱਚਾ ਤੁਹਾਡੇ ਪਿੱਛੇ ਲੱਗੂਗਾ, ਠੀਕ ਹੈ ਨਾ, ਤੁਹਾਡੀ ਰੀਸ ਕਰੂਗਾ, ਹੋ ਸਕਦਾ ਉਹ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਚ ਸਕੇ ਤੇ ਉਹਨੂੰ ਆਪਣੇ ਨਾਲ, ਜਿਹੜਾ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਆਂਢ ਗਵਾਂਢ ਦੇ ਵਿੱਚ ਕੋਈ ਨਸ਼ਾ ਕਰਦਾ, ਉਹਨੂੰ ਖਾਸ ਕਰਕੇ ਤੁਸੀਂ ਗਰਾਊਂਡ ਦੇ ਵਿੱਚ ਲੈ ਕੇ ਜਾਓ, ਉਹਨੂੰ ਥੋੜਾ ਕੁਣਾ ਇਹ ਚੀਜ਼ਾਂ ਦੇ ਵਿੱਚੋਂ ਕੱਢੀਏ ਤੇ ਆਪੋ ਆਓ ਚੱਲਦੇ ਆਂ ਜੀ ਪਿੰਡ ਢੱਡੇ ਦੇ ਵਿੱਚ ਟੂਰਨਾਮੈਂਟ ਕਬੱਡੀ ਕੱਪ ਤੇ। ਤੇ ਮਿਲਦੇ ਆਂ ਵੀਡੀਓ ਦੇ ਐਂਡ ਤੱਕ, ਬਣੇ ਰਹੋ, ਧੰਨਵਾਦ। ਜੋ ਕਬੱਡੀ ਦੇ ਨਾਲ ਰਿਲੇਟਡ ਨੇ, ਜਿਨ੍ਹਾਂ ਨੂੰ ਬਹੁਤ ਵੱਡੀ ਦੇਣ ਹੈ, ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਨਾਲ ਕਹਿੰਦੇ ਇਧਰ ਮੈਂ ਦੇਖਦਾ ਵੀ ਸੁਖਵੀਰ ਸਾਡਾ ਭਰਾ ਬੋਡੀ ਬਿਲਡਰ ਰਾਮਪੁਰੇ ਵਾਲਾ ਜਿਹੜਾ ਹੈ, ਜਿਹੜੇ ਕਹਿੰਦੇ ਵੀ ਬਾਈ ਨੂੰ ਮਿਲਣ ਤੋਂ ਵੀ ਅਗਲਾ ਦੂਰ ਜਾਂਦਾ ਸੀ, ਯਾਰ ਕਿਤੇ ਨਸ਼ੇੜੀ ਨੂੰ ਨੇੜੇ ਲਾ ਕੇ ਜਵਾਬ ਨਾ ਖਰਾਬ ਕਰ ਲਈਏ। ਪਰ ਬਾਬੇ ਦੀ ਇਹ ਜੀ ਕਿਰਪਾ ਹੋਈ, ਰਾਮਪੁਰੇ ਵਾਲੇ ਨੌਜਵਾਨ ਨੇ ਦੁਨੀਆਂ ਦੇ ਵਿੱਚ ਇੱਕ ਇਤਿਹਾਸ ਰਚਤਾ ਤੇ ਲੋਕਾਂ ਨੂੰ ਦੱਸਤਾ ਵੀ ਜੇ ਮੈਂ ਨਰਕ ਚ ਡਿੱਗਿਆ ਸੀ ਤਾਂ ਸਮਝ ਨਹੀਂ ਸਕਦਾਗਾ। ਉਹ ਸਾਡਾ ਭਰਾ ਆਇਆ ਸੁਖਵੀਰ ਸਿੰਘ ਜੀ, ਸਾਡਾ ਸੁਖਵੀਰ ਦਾ ਕਹਿੰਦੇ ਅੱਜ ਵੱਡੇ ਪੱਧਰ ਤੇ ਸਰਵਾਰ ਹੋਣਾ, ਬੜੀ ਮਿਹਨਤ ਦੇ ਨਾਲ ਸਰੀਰ ਬਣਾਇਆ, ਬੋਡੀ ਬਿਲਡਰ ਹੈ, ਨਾਲ ਕਲੱਬ ਦੇ ਤਮਾਮ ਵੀਰਾਂ ਦੇ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਸਰਵਾਰ ਹੋਣਾ। ਮੈਂ ਮਾਜੇ ਦੀ ਜੱਟੀ, ਮੈਂ ਮਾਜੇ ਦੀ ਜੱਟੀ, ਮੈਂ ਵੀ ਤਾਜੋ ਕਿਆ ਬਣਿਆ।
हाँ जी, सब तो पहला तो मैं तहे दिलों धन्यवाद करदा पिंड ढक्कियां दी
टूरनामेंट कमेटी का जिन्होंने मैं इतने सद के एडा मान सत्कार दिता परमात्मा बहुत बहुत शुकराना करना। एक दिन मैं नशेड़ी सीगा ग्राउंडा हुंदा सी वी मेरा भी शरीर इहो जिहा बने चलो परमात्मा की कृपा हुई अज हना मेरे ते मैं मिस्टर पंजाब दो बारी बॉडी बिल्डर बनया 18 साल बाद मैं दोस्तों नशेड़ी दल दे विच हां अज मेरे नाल मेरी टीम बढ़िया साथ हो जाएगी चलो ना हो बारा लंबा टाइम पूरा अपने को पर बहुत नौजवान इस पिंड दे भी ਬਜ਼ੁਰਗਾਂ ਦੀ ਕਹਾਵਤ ਹੈ ਇਨਸਾਨ ਚਾਹੇ ਤਾਂ ਕੀ ਨਹੀਂ ਕਰ ਸਕਦਾ ਉਹ ਕਹਾਵਤ ਨੂੰ ਲੈ ਕੇ ਚੱਲੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਅੱਜ ਬੋਡੀ ਬਿਲਡਰ ਵੀ ਬਣਿਆ ਤੁਹਾਡੇ ਸਾਹਮਣੇ ਗੇੜਾ ਵੀ ਕੱਢਿਆ ਹਨਾ ਐਡਾ ਕਾ ਹੌਸਲਾ ਹੋਇਆ ਆਪਦੇ ਮਨ ਨੂੰ ਵੀ ਆ ਹੋਰ ਵੀ ਮਿਹਨਤ ਕਰੀਏ ਹੋਰ ਵੀ ਅੱਗੇ ਨਿਖਰ ਕੇ ਆਈਏ ਤੇ ਮੈਂ ਇਹੀ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਵੀਰ ਬਣ ਕੇ ਨਸ਼ਾ ਛੱਡ ਕੇ ਆਪਣਾ ਜਿਹੜਾ ਪੰਜਾਬ ਹੈ ਪੰਜਾਬ ਦੇ ਉੱਪਰ ਆਪਣੇ ਵਿੱਚ ਐਡਾ ਕਲੰਕ ਲੱਗ ਚੁੱਕਾ ਹੈ ਨਸ਼ੇੜੀ ਪੰਜਾਬ ਹਨਾ ਉੜਦਾ ਪੰਜਾਬ ਕਿਤੇ ਪੋਸ ਕਿਤੇ ਆਹ ਕਬੱਡੀ ਦੇ ਗਰਾਊਂਡਾਂ ਦੀ ਆਪਾਂ ਇਹਨਾਂ ਨੌਜਵਾਨਾਂ ਦੀ ਇਹਨਾਂ ਲਿਸ਼ਕ ਦੇ ਸਰੀਰਾਂ ਦੀ ਰੀਸ ਕਰੀਏ ਇਹ ਨਾ ਹੋਇਆ ਵੀ ਯਾਰ ਉਹ ਨਸ਼ਾ ਕਰਦਾ ਹੈ ਮੈਂ ਉਹਦੇ ਨਾਲ ਨਸ਼ਾ ਕਰਕੇ ਉਹ ਗੇੜੇ ਕੱਢਾਂ ਉਹ ਕਰਾਂ ਉਹ ਕਰਾਂ ਉਹ ਗੱਲਾਂ ਨੂੰ ਛੱਡ ਕੇ ਵੀਰ ਬਣ ਕੇ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰੋ ਆਪਣੇ ਪਿੰਡ ਦਾ ਨਾਂ ਰੋਸ਼ਨ ਕਰੋ ਆਪਾਂ ਆਪਣੇ ਆਪਣੇ ਪਿੰਡ ਨੂੰ ਸਾਂਭੀਏ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬ ਨੂੰ ਇੱਕ ਦਿਨ ਨਸ਼ਾ ਮੁਕਤ ਪੰਜਾਬ ਕਰ ਦਾਂਗੇ ਜੇ ਕੋਈ ਸਭ ਤੋਂ ਵੱਡੀ ਸਮਾਜ ਜਿਹੜਾ ਹੁੰਦਾ ਸਮਾਜ ਜੇ ਕਿਸੇ ਦਾ ਧੀ ਪੁੱਤ ਨਸ਼ਾ ਕਰਦਾ ਹੈ ਇਹ ਨਾ ਕਹਿ ਕਰੋ ਹੱਥਿਆ ਨਾ ਕਰੋ ਯਾਰ ਉਹਦਾ ਪੁੱਤਾਂ ਨਸ਼ੇੜੀ ਨਿਕਲ ਗਿਆ ਉਹਦਾ ਪੁੱਤਾ ਇਹ ਹੋ ਗਿਆ ਹੋ ਸਕਦਾ ਆਪਣੇ ਘਰੇ ਵੀ ਉਹ ਅੱਗ ਲੱਗ ਜੇ ਮੇਰੇ ਘਰੇ ਇਹ ਚੀਜ਼ਾਂ ਹੋਈਆਂ ਨੇ ਪਰ ਜੇ ਆਪਾਂ ਗਵਾਂਢੀ ਦੇ ਪੁੱਤ ਨੂੰ ਸਮਝਾ ਲਾਂਗੇ ਤਾਂ ਆਪਣੇ ਘਰੇ ਕਿਵੇਂ ਹੋਜੂਗਾ ਇਹ ਚੀਜ਼ ਇੰਨਾ ਕਹਿੰਦੇ ਹੋ ਜੀ ਕਿਮਾ ਬਹੁਤ ਕੀਮਤੀ ਹੈ ਤੇ ਭਰਾ ਬਣ ਕੇ ਜੋੜੋ ਆਪਾਂ ਰਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਆਪਣਾ ਜਿਮ ਹੈ ਸੁਖਵੀਰ ਦਾ ਰੌਕ ਜਿਮ ਬੱਸ ਸਟੈਂਡ ਦੇ ਕੋਲੇ ਹੈ ਜੇ ਕਿਸੇ ਭਰਾ ਨੇ ਨਸ਼ਾ ਛੱਡਣਾ ਹੋਵੇ ਮੇਰੇ ਕੋਲੇ ਪਹੁੰਚੋ ਬਾਈਕਾਂ ਦੀ ਲੱਗਿਆ ਟੂਰਨਾਮੈਂਟ ਕਮੇਟੀ ਹੈ ਦਾ ਸਾਡੀ ਟੀਮ ਦੇ ਮੈਂਬਰ ਹੈ ਕਿਸੇ ਨੇ ਵੀ ਗੁਪਤ ਤੌਰ ਤੇ ਨੰਬਰ ਦੇ ਉਹ ਮੈਨੂੰ ਹਨਾ ਇੰਨੀ ਕੁ ਤੁਹਾਡਾ ਮੈਂ ਇੰਨਾ ਕੁ ਭਰੋਸਾ ਦਿੰਦਾ ਹੈ ਵੀ ਨਸ਼ਾ ਛਡਾ ਕੇ ਦਿਖਾਊਂਗਾ ਠੀਕ ਹੈ ਨਾ ਇਹ ਦੋ ਤਾਂ ਗੱਲ ਕਰਦਾ ਦੁਆਰੇ ਵੀ ਟੂਰਨਾਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਵਾਹ ਵੇ ਸੁਖਵੀਰ ਸਿਆ ਇਹ ਪਤਾ ਹੀ ਹੋ ਗਿਆ ਨਾ ਮਿੱਤਰਾਂ ਨੂੰ ਜ਼ਿੰਦਗੀ ਸਾਰੇ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਬਾਈ ਯਾਰ ਕਿ ਸਾਡੇ ਭਰਾ ਨੇ ਪਿੰਡਾਂ ਦੇ ਵਿੱਚ ਕਮੇਟੀਆਂ ਵੀ ਬਣੀਆਂ ਨੇ ਹੁਣ ਦੋਨੇ ਟੀਮਾਂ ਨੂੰ ਮੈਂ ਬੇਨਤੀ ਕਰਦਾ ਲੈਣ ਅਪ ਹੋਜੋ ਇੱਕ ਫੋਟੋ ਵੀ ਕਰਵਾ ਲਈ ਆਪਾਂ ਜਿਹੜੇ ਮੁੰਡੇ ਤੌਰ ਦੀ ਟੀਮ ਗਰਾਊਂਡ 'ਚ ਹੈ ਬਾਬਾ ਸਿੱਧ ਸੇਲਵਰਾ ਦੀ ਟੀਮ ਕਿਰਪਾ ਕਰਕੇ ਜਲਦੀ ਤੋਂ ਜਲਦੀ ਗਰਾਊਂਡ 'ਚ ਆ ਜਾਵੇ ਬਾਈ ਸੁਖਵੀਰ ਰਾਮਪਰਾਈ ਦਾ ਸਨਮਾਨ ਸਾਰੇ ਕਮੇਟੀ ਵੱਲੋਂ ਨਗਰ ਨਿਵਾਸੀਆਂ ਵੱਲੋਂ ਸੁਖਵੀਰ ਰਾਮਪਰਾ ਬਾਡੀ ਬਿਲਡਰ ਜੀ ਇਹਨਾਂ ਦਾ ਸਨਮਾਨ ਹੋ ਰਿਹਾ ਜੀ ਬਾਈ ਸੁਖਵੀਰ ਰਾਮਪਰਾ ਜੀ ਉਧਰ ਮਾਨ ਸਨਮਾਨ ਮੈਂ ਜਿਹੜੇ ਕਬੱਡੀ ਦੇ ਹੁਣ ਜਿਹੜਾ ਮੈਚ ਲੱਗਣਾ ਇੱਕ ਪਾਸੇ ਟੀਮ ਸਿਲਵਰਾ ਇੱਕ ਪਾਸੇ ਟੀਮ ਆਵੇਗੀ ਭਾਈ ਬਖਤੌਰ ਤੇ ਦੂਸਰੇ ਬੰਨੇ ਬਾਬਾ ਸਿੱਧ ਸਿਲਵਰਾ ਪਿੰਡ ਬਹੁਤ ਹੀ ਆਦਰ ਤੇ ਸਤਿਕਾਰਯੋਗ ਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਲਓ ਵੀ ਆਪਾਂ ਆ ਜਾਓ ਮਾੜੀ ਜੀ ਆਪਣੀ ਟੀਮ ਸਾਰੀ ਥੋੜੀ ਆਪਾਂ ਵੀਡੀਓ ਬਣਾ ਲਈਏ ਹਾਂਜੀ ਟੂਰਨਾਮੈਂਟ ਤੋਂ ਆਪਾਂ ਵਾਪਸੀ ਕਰ ਰਹੇ ਹਾਂ ਆਪਣੇ ਜਿਮ ਕੰਨੀ ਤੇ ਸਭ ਤੋਂ ਪਹਿਲਾਂ ਤਾਂ ਮੇਰੇ ਭਰਾਵਾਂ ਦਾ ਦੁਬਾਰੇ ਫੇਰ ਕਿਉਂ ਮੈਂ ਕਿਉਂ ਕਰੀ ਜਾਂਦਾ ਧੰਨਵਾਦ ਆ ਬਿੰਦੇ ਬਿੰਦੇ ਵੀ ਇਹੋ ਜਿਹੇ ਨੌਜਵਾਨ ਮੋਢੇ ਨਾਲ ਮੋਢਾ ਲਾ ਕੇ ਖੜ ਦੇਣਾ ਬਹੁਤ ਜ਼ਿਆਦਾ ਹੌਸਲਾ ਹੁੰਦਾ ਕਿਸੇ ਦਿਨ ਮੈਂ ਇਕੱਲਾ ਸੀਗਾ ਹਨਾ ਇਕੱਲੇ ਨੂੰ ਕੋਈ ਇਹ ਜਿਹੜੇ ਗਰਾਊਂਡ ਨੇ ਇਹਨਾਂ ਗਰਾਊਂਡਾਂ ਦੇ ਵਿੱਚ ਵੀ ਧੱਕੇ ਮਾਰ ਕੇ ਯਾਰ ਇਹ ਤਾਂ ਨਸ਼ੇੜੀ ਆ ਆਪਾਂ ਇਹ ਤੋਂ ਕੀ ਲੈਣਾ ਹਨਾ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਮਿਹਨਤ ਕਰੋ ਮਿਹਨਤ ਕਰਕੇ ਪਹਿਲਾਂ ਨਸ਼ਾ ਛੱਡੋ ਮਿਹਨਤ ਕਰਕੇ ਤੁਸੀਂ ਅੱਗੇ ਆਓ ਤੇ ਅੱਜ ਦੇਖੋ ਕਿੱਦਾਂ ਮਾਣ ਸਨਮਾਨ ਹੋ ਰਿਹਾ ਹੁਣ ਕਬੱਡੀ ਦੇ ਟੂਰਨਾਮੈਂਟਾਂ ਦੇ ਸੀਜ਼ਨ ਚੱਲ ਮਣਗੇ ਪਰਮਾਤਮਾ ਦੀ ਕਿਰਪਾ ਨਾਲ ਮਿਹਨਤ ਕਰਾਂਗੇ ਇਦੋਂ ਵੀ ਜ਼ਿਆਦਾ ਹਨਾ ਇਹ ਹੁੰਦਾ ਵੀ ਇਦੋਂ ਵੀ ਜ਼ਿਆਦਾ ਨਿਖਾਰ ਲੈ ਗਈਏ ਆਪਾਂ ਨੂੰ ਕੱਪ ਦਿੱਤਾ ਐਡਾ ਕੁ ਜ਼ਿਆਦਾ ਚੰਗਾ ਲੱਗਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਇਹੋ ਜਿਹੇ ਪਿੰਡੋ ਪਿੰਡੀ ਉਪਰਾਲੇ ਹੋਣਗੇ ਟੂਰਨਾਮੈਂਟਾਂ ਦੇ ਤਾਂ ਮੇਰੇ ਹਿਸਾਬ ਨਾਲ ਇਹ ਟੂਰਨਾਮੈਂਟਾਂ ਨੂੰ ਅੱਜ ਦੇਖ ਕੇ ਘੱਟੋ ਘੱਟ ਮਹੀਨਾ ਇੱਕ ਮਹੀਨਾ ਛੋਟੇ ਛੋਟੇ ਬੱਚੇ ਗਰਾਊਂਡਾਂ ਦੇ ਵਿੱਚ ਕਬੱਡੀ ਖੇਡਣਗੇ ਉਦੋਂ ਨੂੰ ਕੋਈ ਨਾ ਕੋਈ ਟੂਰਨਾਮੈਂਟ ਪੇਰ ਹੋ ਜਾਊਗਾ
जिन्हें भी भरा वीडियो देखेंगे मैं कहना भी यह जो उपराले करिए आप पिंडां दे विच ग्राउंडां दी ग्राउंड लियाईए है ना कोई भी किसी भी गेम दे विच गेम नूं पहल देईए अपने अपने शरीर सामने शरीर सामभ के वीर बन के अपने मां प्यो दा अपने मां प्यो दा नाम रोशन करो अजकल की है लोग समाज नूं दिखाउण लग जांदे भी मैं यार उहनूं दिखावां भी मैं की बन चुक्या तुसीं मेहनत तां करन लगो एक बारी समाज दा तुहानूं अपने आप मन्नो किथे आपां आपदे मूंह चों कह के सुणाउणा किथे समाज ने अपने आप कहना बाकी जिहड़े बंदे ने मेहनत कीती आ ते अज मेहनत करके अगे आया इन्ना कहिंदे हुए अज बहुत ही ज्यादा चंगा लग्या है ना ते तहे दिलों धन्नवाद करदा पिंड ढड्डां दे टूरनामेंट कमेटी दा ते होर भी जिहड़े टूरनामेंटां ते साथ रहे ने तहे दिलों धन्नवाद करदा जी लग्या जी वधिया अपना बहुत वधिया लग्या ना इह मेरी टीम है जी सारी है ना ते भाई अर्गे खड़े आ अपनी टीम है जी जिहड़े भी भरा ने नशा छड्डना होया सारी टीम दे विचों किसी भी भरा किसी भी पिंड दा लोनूं लगदा है सारे पिंडां दे विच कमेटियां बनिया होई सारे कमेटियां दे कोई प्रधान बनिया होया कोई मैंबर है ठीक है ना अड्डोडी अपने तौर ते लगे होए नशा छड़ाउण वास्ते एंड दे विच इही कहूंगा वीर बन के जिहड़े मुंडे नशा करदे आ उहनां दी कुट मार ना करो यार उह इक आपां मरीज़ ने ठीक है ना उहनूं मरीज़ां लेके चलीए ते यार इह बेचदे आ उहनां दे फिर इहो जिहे परचे कराओ ते जिंदगी भर याद रखण उह भी यार मैं चिट्टा बेचा मैं कहते धी पुत नूं खराब किया अज उहदी जेल च उमर सड़े सारी इन्ना कहते हुए जी तहे दिलों धन्नवाद करदे आ अगली वीडियो दे विच तुहानूं फिर आपां प्रैक्टिस दे नाल जुड़ांगे जी तहे दिलों धन्नवाद सारे।